www.pindra.tv.com विश्वकर्मा स्टील स्टेज सर्विस सारे वीरां दा तहे दिल धन्नवाद करते हैं। साडे रॉयल माजर तो भी सुंदर संधारी साडे सोनू जी प्रेम नगर तो विशेष तौर पर पुजे हुए हैं। असीं इन्हां सारे वीरां दा वड्डा धन्नवाद करते हैं। अज कुश्ती का इतिहास सिरजिया जाना है। एक पंजाब का योधा है कि लड़िए बिच मैदाने जंग दे सानू मगल मकांदे हमगे जिथे शेर भगत सिंह जमदे असी ओ पंजाबी आ साडे नाते गुरे कंबदे असी पर पी के दुख ही दे छन्ने पीपे खा गया खोए दे चिट्टा वाला मालिक कहंदे जसा पट्टी वाला मैदान च है। दूजे पासे महेश मथुरा वाला इस वेले मैदान च पहुंच चुका। अखाड़ा के जी नूं बेनती कियो भी आर जी अखाड़ा लीला हरियाणा महेश मथुरा ते जसा पट्टी साडे वीर काला कदहेड़ी बिंदा बैदवान जी करमा धनाज जी सारिआं वल्लों खुल्ले छड्डे आ एक बारी तारियां मार दे जोर दे तारियां ला दे खुल के दर्शक वीर जो भगवाना नूं प्यार करदे आ संतां महापुरशां दा सत्कार करदे आ एक बारी नगर खेड़े दे ना दे खुल के तारियां मार दे जरा अज दी पट्टी कुश्ती एक पासे ते महेश मथुरा नीलू खाड़ा लाडपुर हरियाणा ते दूजे पासे जसा पट्टी मुकाबला शुरू हो चुके हैं। एक पासे जट्टा जसा पट्टी दूसरे पासे महेश मथुरा सत्त ते अठ अक्तूबर धनकर स्वामी गंगानंद महाराज जी की मिठी याद के विच वड्डा कबड्डी का महाकुंभ ਉਹ ਪੰਗੜਾ 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 ਤਾਰੀਆਂ ਤਾਰੀਆਂ ਲਾ ਲੋ ਭਾਈ ਉਹ
दीपा सरदार जी की मेहनत अज कहते भले भले करवा दी है, जिन्होंने कोई मेहमान छड़िया नहीं। एक घंटा तो मेहमानों मान सम्मान दिंदा लग गया, एक घंटा तो मेहमानों कहते मुकाबला सिरे का मैदान के चलता होया सरदार की खेल सजना पहले बिना बोलेगा खुशियां ही बड़िया ने कदे जग फरोलेगा जिथिया भी जिथिया ने नाम रोशन करता है शेखर साडा भी सारिया का बड़ा धन्यवाद करते हैं। दर्शक भी उपर कौन है सिख सरदार गभरू कि असी तेरे पिछे नहीं दिल्ली दिंदे रहे कुरबानी तेन छड़वा लई सिंह बाप के खेज दुकानी पर तेरी साडे लई बैर ने अख रही सदा गहरी दस पगां वालियां दी दिल्ली क्यों बढ़ गई है बैरी दस खेतों वालियां दी दिल्ली क्यों बढ़ गई है बैरी। उधर भजन लाल जी कांगड़ ऐलान कर लिया भी 500 दिता जाएगा अगर जसा कट्टी कुश्ती जिता है 500 दिता जाएगा। अमेश मथरा कुश्ती जिता भजन लाल जी 500 दिता जाएगा जसे ले भी 500 को बराबर होना चाहिए जी। तारियां मार दे जोर तेरे को शानदार ला दे अंदर जोड़ा करता किस्त बच्चे दिखे बात लिए पाया गया। हो, 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 ह
ਦਾ ਚੋਰ ਹੈ ਕਿ ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਪਰ ਦਬਦਾ ਕਿੱਥੇ ਆ ਅੱਜ ਦਾ ਸਿਰਾ ਇਤਰਾਦਾ ਅੱਜ ਮੇਸ਼ ਮਸਲਾ ਆ ਫੁੱਲ ਤਿਆਰੀ ਕਰਕੇ ਆਇਆ ਉਹ ਦੂਜੇ ਪਾਸੇ ਜੱਸਾ ਪੱਟੀ ਉਹਨੂੰ ਸਿਰੇ ਤੋਂ ਸਿਰਾ ਕਰਾ ਰਿਹਾ ਕਿ ਮੱਲ ਆ ਗਿਆ ਚੋਟੀ ਦੇ ਜਿੰਨਾ ਲਾਈਆਂ ਮਿਹਨਤਾਂ ਉੱਠ ਕੇ ਪਰ ਜੋਰ ਜਵਾਨੀ ਦਾ ਲੈ ਜੇ ਭਰਿਆ ਮੇਲਾ ਲੁੱਟ ਕੇ ਇਹ ਅੜੀਆਂ ਦੇ ਘੋੜੇ ਨੇ ਕਰ ਜਾਂਦੇ ਨੇ ਮਨਮਾਨੀ ਰਾਣੇ ਖੇਲੇ ਹੱਥ ਪਿੱਛੇ ਲੁੱਟੀਆਂ ਪੌੜੀ ਫੇਰੇ ਜਵਾਨੀ ਲਾਇਆ ਪਾਗਿਆ ਹੀ ਆਇਆ ਅਸੀਂ ਧੰਨਵਾਦ ਕਰਦੇ ਹਾਂ ਜਿੰਨੀਆਂ ਵੀ ਕੁਸ਼ਤੀਆਂ ਦੇ ਜੋੜ ਮਿਲਾਏ ਹੈ ਹਰ ਕੁਸ਼ਤੀ ਦੇ ਫੈਸਲੇ ਕਰਾਏ ਹੈ ਸਮੁੱਚੀ ਪ੍ਰਬੰਧਕ ਕਮੇਟੀ ਨਗਰ ਨਿਗਮ ਵੱਲੋਂ ਦੀਪਾ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਵੱਡੇ ਮੱਲਾਂ ਦੇ ਦਰਸ਼ਨ ਨਜ਼ਾਰੇ ਵੀ ਕਰਾਏ ਹੈ ਇਹ ਕੁਸ਼ਤੀਆਂ ਦੇ ਵਿੱਚ ਵੀ ਕਹਿੰਦੇ ਸਿਰਾ ਕਰਾਇਆ ਇੱਕ ਪਾਸੇ ਜੱਸਾ ਪੱਟੀ ਤੇ ਦੂਜੇ ਪਾਸੇ ਆਇਆ ਪਹਿਲਵਾਨ ਅਮੇਸ਼ ਮਸਲਾ ਖੰਡੂਪੁਰ ਦੀ ਧਰਤੀ ਦੇ ਉੱਤੇ ਪਹਿਲਵਾਨ ਅਜੇ ਬਾਰ ਭੁਪਿੰਦਰ ਅਜਨਾਲਾ ਨਾਲ ਕਹਿੰਦੇ ਸ਼ੈਂਟੀ ਬਾਰ ਚੋਟੀ ਦੇ ਜਤਿੰਦਰ ਪਥਰੇੜੀ ਪਹਿਲਵਾਨ ਪੁੱਜਣਗੇ 13 ਸਤੰਬਰ ਪਿੰਡ ਖੰਡੂ ਪਰ ਅੱਜ ਦਾ ਕਹਿੰਦੇ ਨਿੱਕੀ ਦੀ ਸ੍ਰੀ ਧਰਤੀ ਦੇ ਸਿਰਾ ਇਕਰਾਰਦਾ ਆਓ ਉੱਪਰਲੇ ਪਾਸੇ ਇਹ ਅੰਮਾਚੇ ਦੀ ਧਰਤੀ ਦਾ ਬੱਬਰ ਸ਼ੇਰ ਕਹਿੰਦੇ ਜੱਸਾ ਪੱਟੀ ਹੈ ਹੇਠਲੇ ਪਾਸੇ ਕਮੇਸ਼ ਮਥਰਾ ਨੀਲੂ ਖਾਲਾ ਲਾਡਪੁਰ ਹਰਿਆਣੇ ਦਾ ਪਹਿਲਵਾਨ ਹੇਠਲੇ ਪਾਸੇ ਹੈ ਆਓ ਦੇਖੋ ਅੱਖ ਨਾਲ ਵਾਲੀ ਝਮਟ ਬਾਜ ਵਾਲੀ ਕਿ ਜਿਹੜਾ ਤੀਰ ਨਿਸ਼ਾਨੇ ਤੋਂ ਖੁੰਝ ਜਾਵੇ ਉਹ ਕਾਦਾ ਹਥਿਆਰ ਇਹ ਵੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਜ਼ਾ ਇਦਾਰ ਉਹ ਸਾਹਮਣੇ ਮੁਕਾਬਲਾ ਚੱਲਦਾ ਆਰ ਪਾਰ ਮੇਰੀ ਸੱਤ ਪਰ ਸ਼ੇਰਾਂ ਦੀਆਂ ਹਿੱਕਾਂ ਉੱਤੇ ਬਜਰ ਥਾਪੀਆਂ ਹਿੱਕਾਂ ਉੱਤੇ ਤੱਥੇ ਉਹ ਨਾਲ ਜੋਸ਼ ਦੇ ਗੱਭਰੂ ਪਿਰਦੇ ਦੁਨੀਆ ਖੜ ਖੜ ਤੱਕੇ ਕੁਸ਼ਤੀ ਹੈਗੀ ਹੈ ਮਰਦ ਦਲੇਰਾਂ ਦੀ ਪੰਜਾਬ ਦੀ ਧਰਤੀ ਯੋਧੇ ਜੰਮਦੀ ਕੀ ਸਿਫਤ ਕਰਾ ਇਹਨਾਂ ਸ਼ੇਰਾਂ ਦੀ ਕੀ ਸਿਫਤ ਕਰਾ ਇਹਨਾਂ ਸ਼ੇਰਾਂ ਦੀ ਕੀ ਸਿਫਤ ਕਰਾ ਇਹਨਾਂ ਸ਼ੇਰਾਂ ਦੀ ਉਧਰ ਸਾਡੇ ਵੀ ਗੌਰਵ ਆਸਟ੍ਰੇਲੀਆ ਸ਼ੇਰੂ ਆਸਟ੍ਰੇਲੀਆ ਵਿਸ਼ਾਲ ਆਸਟ੍ਰੇਲੀਆ ਸਾਡੇ ਵੀਰ ਲਾਈਵ ਜੁੜੇ ਹੋਏ ਆ ਵੱਡੀ ਮੁਬਾਰਕਬਾਦ ਜਿਹੜੀ ਭੇਜੀ ਜਾ ਰਹੀ ਹੈ ਪ੍ਰਬੰਧਕ ਕਮੇਟੀ ਨੂੰ ਸਾਡੇ ਵੀ ਆਸਟ੍ਰੇਲੀਆ ਤੋਂ ਲਾਈਵ ਜੁੜੇ ਹੋਏ ਆ ਸ਼ਾਨਦਾਰ ਕੁਸ਼ਤੀ ਜੱਸਾ ਪੱਟੀ ਤੇ ਅਮੇਸ਼ ਮਥਰਾ ਦੋਨਾਂ ਭਲਵਾਨਾਂ ਦੇ ਦਰਮਿਆਨ ਮਾੜਾ ਮੂਹੀ ਲੱਗਿਆ ਹੋਇਆ ਜ਼ੋਰ ਕਿ ਮੈਗੀ ਵਾਲਾ ਕਿੱਥੇ ਭਲਵਾਨ ਵੱਜਦੇ ਮਿੱਤਰੇ ਜਹਾਜ਼ਾਂ ਨੂੰ ਵੀ ਰੋੜੇ ਵੱਜਦੇ ਕਦੇ ਨਾ ਪੜਾਕੂ ਅੱਗੇ ਅੜੇ ਡਿਗਰੀ ਸੇਰਾ ਅੱਗੇ ਅਰਧ ਵੀ ਜਿੰਦੇ ਸੋਹਣਿਆ ਮਾਵਾਂ ਦੀ ਜੋ ਛਾਤੀ ਵਿੱਚ ਅਮਿਰ ਦੀ ਦਲੇਰੀ ਉਹ ਪੈਰਦਾਂ ਦੇ ਪੈਰਦਾਂ ਦੇ ਪੈਰਦਾਂ ਨੂੰ ਦੁੱਧ ਕਿੱਥੇ ਦਿੰਦੇ ਸੋਹਣਿਆ ਉਹ ਟੋਮ ਸ਼ੋਮ ਗਲੀਆਂ 'ਚ ਬਥੇਰੇ ਫਿਰਦੇ ਮੁੜ ਕੇ ਨੀ ਜੰਮਣੇ ਮਾਰਗ ਤੇ ਛਿੰਦੇ ਸੋਹਣਿਆ ਮਾਵਾਂ ਦੇ ਦੁੱਧਾਂ ਵਿੱਚੋਂ ਜਿਹੜੀ ਮਿਲਦੀ ਦਲੇਰੀ ਉਹ ਪੈਰਦਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਹਾਂਜੀ ਗੰਗ ਸਾਹਿਬ ਅੱਜ ਦਾ
ਬੜਾ ਸਰਾਇ ਹੋ ਗਿਆ ਸਾਰੀਆਂ ਕੁਸ਼ਤੀਆਂ ਦਾ ਆਇਆ ਕਹਿੰਦੇ ਜੱਸਾ ਪੱਟੀ ਤੇ ਹੇਠੇ ਪਾਸੇ ਅਮੇਸ਼ ਮਥਲਾ ਇਹ ਮਾੜੇ ਕੰਮਾਂ ਦੇ ਵਿੱਚ ਪੈਰ ਨਹੀਂ ਰੱਖੀ ਦੇ ਯਾਰ ਦਿਲਾਂ ਦੇ ਕੈਮਰੇ ਰੱਖੀ ਦੇ ਫਿਰ ਇੰਜਣ ਬੰਨਣੇ ਪੈਂਦੇ ਜਦੋਂ ਗਰਾਰੀ ਅੜਦੀ ਆ ਉਹ ਨੋ ਮੈਟਰ कबड्डी दे महान प्रमोटर है और साडा वीर शाम निधि वीरां दा धन्नवाद करते हैं अनेकां कबड्डी दे खिलाड़ी अपने इलाके दे वड्डे वड्डे टूर्नामेंटां विच खिलाउंदे है ਵੱਡਾ ਮਾਣ ਸਾਰੀ ਸੰਗਤ ਦਾ ਤੇ ਪਹਾੜ ਵਰਗਾ ਪ੍ਰਵਾਨ ਖਾਸ ਵੇਲੇ ਲੱਗੀ ਹੋਈ ਜਾਨ ਲੱਗਿਆ ਹੋਇਆ ਜੋਰ ਤੇ ਪਿੰਡੇ ਲਿਸ਼ਕਣ ਗੁੱਡਿਆਂ ਦੇ ਮੂੰਹ ਮਸਲ ਬੋਲੀਆਂ ਪਾਉਂਦੇ ਅੰਨਾ ਜੋਰ ਜਵਾਨਾਂ ਚ ਜੇਬਰ ਟੁੱਟ ਟੁੱਟ ਖਲਾਦੇ ਫਿਰ ਗੱਲ ਬਜਾਰੀ ਜਿੱਥੇ ਬਾਗ ਪਹਾੜਾ ਖੁੱਲੇ ਤੁਰਦੇ ਵਿੱਚ ਮੈਦਾਨ ਦੇ ਮਾਮਾ ਦੇ ਸ਼ੇਰ ਮਾਮਾ ਦੇ ਬੰਦੇ ਉਹਦੇ ਵਿੱਚ ਸਨਾਮ ਦੇ ਸੂਰੇ ਸ਼ੇਰ ਮਾਮਾ ਦੇ ਬੰਦੇ ਉਹਦੇ ਵਿੱਚ ਸਨਾਮ ਦੇ ਸ਼ਾਨਦਾਰ ਕੁਸ਼ਤੀ ਸੋਨਾ ਪਰਵਾਨਾ ਦੇ ਜਵਾਨ ਲੱਗਿਆ ਹੋਇਆ ਮਾਮਾ ਮਾਨ ਸਨਮਾਨ ਸਟੇਜ ਤੇ ਜ਼ਰੂਰ ਪ੍ਰਾਪਤ ਕਰਨ ਐਸਐਚਓ ਥਾਣਾ
ਸਾਡੇ ਪਾਠਕਾਂ ਨੇ ਆ ਕੁਸ਼ਤੀ ਸਵੇਰ ਦੀ ਚੱਲ ਰਹੀ ਹੈ ਇਹ ਸਮੇਂ ਮਾਮਾ ਦੇ ਬਲੀ ਪੁੱਤ ਬੱਬਰ ਸ਼ੇਰ ਹੈ ਕਿ ਪੱਟਾਂ ਨਾਲ ਪੱਟ ਨੇ ਖੈਂਦੇ ਦੌੜੇ ਨੂੰ ਵੇਖੋ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦੇ ਭਲਵਾਨ ਇਹ ਲੋਕੀ ਉਂਗਲਾ ਕਰ ਕਰ ਪੁੱਛਦੇ ਹੈ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਅੱਜ ਨਿੱਕੀ ਦੇ ਸਿੰਘ ਮੇਲੇ ਚ ਮੁੱਕਦੇ ਹੈ ਅੱਜ ਤਾਂ ਨਿੱਕੀ ਦੇ ਸਿੰਘ ਮੇਲੇ ਚ ਇਹ ਬੱਲੇ ਬੱਲੇ ਹੋਈ ਪਈ ਹੈ ਇੱਕ ਪਾਸੇ ਅਮੇਸ਼ ਮਥਰਾ ਜਿੰਨੂ ਖਾਲਾ ਲਾਡਪੁਰ ਹੈ ਤੇ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਨਾਰੀ ਦਸ਼ਮਲੋ ਨੋਟ ਕਰੋ 5 ਮਿੰਟ ਦਾ ਸਮਾਂ ਜਿਹੜਾ ਹੋ ਦਿੱਤਾ ਜਾ ਰਿਹਾ ਕਿ ਸਦਾ ਨਹੀਂ ਇੱਥੇ ਕਿਸੇ ਨੇ ਰਹਿਣਾ ਸਭ ਨੇ ਹੈ ਤਰ ਜਾਣਾ ਪਰ ਟਾਵੇਂ ਟਾਵੇਂ ਲਿਖ ਜਾਂਦੇ ਆ ਹੋਰਾਂ ਦੀ ਜ਼ਿੰਦਗੀ ਤੇ ਸਰਨਾਵਾ ਉਹ ਮਹਿਲ ਬਣਾ ਰਹੇ ਉੱਚੇ ਭਾਵੇਂ ਖੜੇ ਕਦੇ ਨਾ ਕਰਦੇ ਪਰ ਲੋਕ ਦਿਲਾਂ ਤੇ ਨਾਂ ਦੀ ਤਖਤੀ ਉੱਚੀ ਕਰਕੇ ਧਰਦੇ ਸਵਰਗੀ ਥਾਣੇਦਾਰ ਰਜਿੰਦਰ ਸਿੰਘ ਜੀ ਰੈਲ ਮਾਜਰਾ ਬਾਜਵਾ 5 ਮਿੰਟ ਦਾ ਸਮਾਂ ਜਿਹੜਾ ਖੁੱਲਾ ਦਿੱਤਾ ਗਿਆ ਹੈ ਸਵਰਗੀ ਥਾਣੇਦਾਰ ਰਜਿੰਦਰ ਸਿੰਘ ਜੀ ਬਾਜਵਾ ਜਿਹੜੇ ਇਨਸਾਨ ਹੋਰਾਂ ਇਨਸਾਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ੀਆਂ ਭਰ ਕੇ ਜਾਂਦੇ ਆ ਜਿਹੜੇ ਲੰਮੀ ਘਾਲਣਾ ਕਰਕੇ ਕਿਸੇ ਦੀ ਕਾਮਯਾਬੀ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਆ ਸਵਰਗੀ ਥਾਣੇਦਾਰ ਰਜਿੰਦਰ ਸਿੰਘ ਜੀ ਬਾਜਵਾ ਰੈਲ ਮਾਜਰਾ ਜਿਹਨਾਂ ਨੇ 10 ਨੂੰ ਸਾਈਕਲ ਤੋਂ ਲੈ ਕੇ ਜਹਾਜ਼ਾਂ ਤੱਕ ਪਹੁੰਚਾਇਆ ਸਵਰਗੀ ਰਜਿੰਦਰ ਸਿੰਘ ਜੀ ਥਾਣੇਦਾਰ ਬਾਜਵਾ ਸਾਹਿਬ ਬੇਸ਼ੱਕ ਸਾਡੇ ਵਿੱਚ ਨੇਰੀ ਰਹੇ ਪਰ ਉਹਨਾਂ ਦੀ ਹਮੇਸ਼ਾ ਯਾਦ ਜਿਹੜੀ ਇਹਨਾਂ ਗਰਾਉਂਡਾਂ ਦੇ ਵਿੱਚ ਇਹਨਾਂ ਖਾੜੇ ਰਜਿੰਦਰ ਸਿੰਘ ਜੀ ਬਾਜਵਾ ਨਵਾਂ ਸਭਾ ਪੰਜਾਬ ਪੁਲਿਸ ਵਿੱਚ ਵੱਡੀਆਂ ਸਭਾਵਾਂ ਦਿੱਤੀਆਂ ਸੋ ਅਸੀਂ ਉਹਨਾਂ ਵੀਰਾਂ ਦਾ ਵੀ ਸਾਡੇ ਰੇਲ ਮਾਜਰੇ ਤੋਂ ਵੀਰ ਪੁੱਜੇ ਹੋਏ ਆ ਕਹਿੰਦੇ ਇੱਕ ਵਾਰੀ ਫਿਰ ਬਾਜਵਾ ਜੋਰ ਜਵਾਨੀ ਦਾ ਉਹ ਕੌਂਦਿਓ ਹੀਰਾ ਬਣ ਜਾਂਦਾ ਜਿਹਨੇ ਲੱਗਦਾ ਇਸ਼ਕ ਪਹਿਲਵਾਨੀ ਦਾ ਅੱਜ ਦਾ ਬਾਕੀ ਵੱਡੇ ਮੱਲ ਹੈ ਵੱਡਾ ਮਾਣ ਹੈ ਵੱਡਾ ਸਤਿਕਾਰ ਹੈ ਇੱਕ ਪਾਸੇ ਜੱਸਾ ਪੱਟੀ ਹੈ ਦੂਜੇ ਪਾਸੇ ਮੇਸ਼ ਮਥਰਾ 20 ਮਿੰਟ ਤੋਂ ਬਾਅਦ 5 ਮਿੰਟ ਦਾ ਖੁੱਲ੍ਹਾ ਸਮਾਂ ਹੋਰ ਇਹਨਾਂ ਦੋਨਾਂ ਮੱਲਾਂ ਨੂੰ ਖਾੜੇ ਦੇ ਵਿੱਚ ਦਿੱਤਾ ਗਿਆ ਮਾਰੇ ਦਾ ਵਿੱਚ 365 ਦਾ ਆ ਪਹਿਲਵਾਨੀ ਦੇ ਦੁੱਧ ਮੱਖਣਾਂ ਨਾਲ ਪਾਲੇ ਹੋਏ ਸਰੀਰ ਹੈ ਕਿ ਹੁਸਨ ਸਿਆਣਮ ਸਾਦਗੀ ਤਿੰਨੇ ਗਹਿਣੇ ਮੁੱਦੇ ਆਰ ਦੇ ਧਾਰੇ ਆ ਕੇ ਜਿਹੜਾ ਚੁੱਲ੍ਹੇ ਵਾਲੇ ਤੱਕਦਾ ਫਿੱਟੇ ਮੂੰਹ ਇਹੋ ਜਿਹੇ ਯਾਰ ਦੇ ਉਹ ਰੋਲਾ ਪਾ ਕੇ ਆਉਂਦੇ ਨਹੀਂ ਉਹ ਖੁਸਰੇ ਚੁੱਪ ਕਰਕੇ ਆਉਂਦੇ ਨਹੀਂ ਉਹ ਖੁਸਰੇ ਤੇ ਰੋਲਾ ਪਾ ਕੇ ਆਉਂਦੇ ਨਹੀਂ ਉਹ ਚੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਮਿਲੇ ਤੇ ਨਹੀਂ ਉਹ ਤੱਕੜੀ ਚ ਬੋਲੇ ਜਾਂਦੇ ਜੋਰ ਪਾਰਸਾ ਆਈਦਾ ਬੱਲੇ ਬੱਲੇ ਅੱਜ ਦਾ ਸਿਲਾਈ ਹੈ ਅੱਜ ਕੁਸ਼ਤੀ ਚੋਟੀ ਦੀ ਹੈ ਇੱਕ ਪਾਸੇ ਪੂਰਾ ਜੋਰ ਲੱਗਿਆ ਪਿਆ ਜੱਸੇ ਪੱਟੀ ਦਾ ਪਰ ਕਹਿੰਦੇ ਅਮੇਸ਼ ਮਥਰਾ ਦੀ ਚੋਟੀ ਦਾ ਬਈ ਸੈਂਟਰ ਦੀ ਗਿਆ ਤੁਸੀਂ ਵੀ ਬਾਲਕਿਸ਼ਨ ਜੀ ਕਾਲਾ ਲੰਬਰਦਾਰ ਜੀ ਵੱਲੋਂ ਵੱਡੇ ਸੱਦਿਆ ਦਰਸ਼ਕ ਵੀਰਾਂ ਨੂੰ ਤੇ ਖਿਡਾਰੀ ਵੀਰਾਂ ਨੂੰ 51,000 ਤੋਂ 41,000 ਦੇ ਦਰਮਿਆਨ ਵੱਡੇ ਮੁਕਾਬਲੇ ਹੋਣੇ ਆ ਵੀ ਦਰਸ਼ਕ ਸ਼ਾਨਦਾਰ ਚੱਲਦੀ ਹੋਈ ਕੁਸ਼ਤੀ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਤੇ ਅਮੇਸ਼ ਮਥਰਾ ਮਾਣਾ ਮੂਹੀ ਲੱਗਿਆ ਹੋਇਆ ਜ਼ੋਰ ਦੋਨਾਂ ਪਹਿਲਵਾਨਾਂ ਦਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਇਸ ਸਮੇਂ ਦੀਆਂ ਬਾਤਾਂ ਹੋਣਗੀਆਂ ਕਿ ਬੁੱਲੇ ਸ਼ਾਹ ਰਗ ਫਿੱਕੇ ਪੈ ਗਏ ਤੇਰੇ ਵਜ੍ਹਾ ਸਾਰੇ ਤੂੰ ਤੂੰ ਕਰਕੇ ਜਿੱਤੇ ਸੀ ਮੈਂ ਕਰਕੇ ਹਾਰੇ ਤੂੰ ਤੂੰ ਕਰਕੇ ਜਿੱਤੇ ਸੀ ਮੈਂ ਕਰਕੇ ਹਾਰੇ ਸੰਤ ਬਾਬਾ ਪਰਮਜੀਤ ਜੀ ਮਾਝੀ ਵਾਲਾ ਸੰਤ ਬਾਬਾ ਉਤਮ ਦਾਸ ਜੀ ਮਹਾਰਾਜ ਸੰਤ ਬਾਬਾ ਸੀਤਾ ਰਾਮ ਜੀ ਬਲਾਚਰ ਸੰਤ ਬਾਬਾ ਵਿਨੋਦ ਦਾਸ ਜੀ ਮਾਲਿਆਲ ਕੋਲੀ ਸਾਰੇ ਸੰਤਾਂ ਮਹਾਂਪੁਰਸ਼ਾਂ ਦਾ ਅਸੀਂ ਇੱਥੇ ਪਹੁੰਚਣ ਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਮਾਝੀ ਬਾਬਾ ਜੀ ਵੱਲੋਂ ਸਾਰਿਆਂ ਦੇ ਜੀਆਂ ਨੂੰ ਵੈਲਕਮ ਆਖਦੇ ਆ ਸ਼ਾਨਦਾਰ ਚੱਲਦੀ ਹੋਈ ਕੁਸ਼ਤੀ ਐਨ ਵਧੀਆ ਮੁਕਾਬਲਾ ਦੋਨਾਂ ਪਹਿਲਵਾਨਾਂ ਦੇ ਦਰਮਿਆਨ ਐਨੀ ਗਰਮੀ ਦੇ ਵਿੱਚ ਵਧੀਆ ਜਿਹੜੀ ਕੁਸ਼ਤੀ ਦਿਖਾਈ ਜਾ ਰਹੀ ਹੈ ਫੌਜੀ ਸਾਹਿਬ ਭਾਜੀ ਘੁੰਮਲਾ ਮਾੜਾ ਜਿਹਾ ਸੋਧਰ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਬਿੰਦਰ ਭੰਗੜਾ ਜੀ
प्रथम भुबड़ा जी पप्पू इटली तो पिंकू इटली तो मनदीप लंबरदार करतारपुर इस तरह होर भी करतारपुर वाले भी सारे ही कहते शिज मिलन लाइव देख रहे हैं उन्होंने पिंड भी बड़ी छेती डेट अनाउंस हो गई असं का भी धनबाद करते हैं साढ़े वीर कला कदहेड़ी रहा बैदवान जी कला भरा जी जिना वीर वालों खुले सदे दिए जा रहे हैं सारे कश्ती शकील वीर 15 नवंबर तनास ड्यूटी की धरती से जट ड्राइवर फौजी जिन्हें वेले रहते हैं फौजी साहब का बहुत व्डा रोजला है इतिहासिक चिन्ह मिले थे आने वाले दिनों में जल्दी तरीका अनाउंस कितिया जाएगी सात संघ जी धनकर गुरों की सरकार बाबा सरवणदास जी महाराज जी की मिठी याद के बाबा जी के पहले तप स्थान पिंड जलालपुर के कबड्डी बावरीवाल टूरनामेंट कराया जाएगा खेल मेला कराया जाता जलालपुर तो साढ़े भीर दर्शन महंत जी बलदेव राजपाल जी सारे वीर वाले खुले दिते जा रहे हैं माड़ा मेरे पिछली साढ़े भीर सारा बल खुले सदे दिते दो सारे धन्यवाद जी हाँ प्यार क्योंकि बड़े मल है कोई 19 का फर्क नहीं 21 वाले हैं दोनों पहलवान पर जो कमेटी का फैसला दूसरा कुश्ती जी बराबर शुरू की गई है सो बहुत बहुत जतारा बाबा से चले जाए दरबार की बहुत बहुत जतारा संत महापुरुषों का हो सके दरबार की बहुत बहुत इलाका निवासी और दर्शक वीर बहुत